ਆਪਣਾ ਮੋਨੋ ਸੰਨੀ ਜਿਵੇਂ ਕਿ ਤੁਹਾਨੂੰ ਪਤਾ ਕਿਸਾਨ ਜੱਥੇ ਬੰਦੇ ਵੱਲੋਂ ਜਿਹੜਾ 26 ਤਰੀਕ ਨੂੰ ਦਿੱਲੀ ਪਹੁੰਚੋ ਦਾ ਸੱਦਾ ਦਿੱਤਾ ਗਿਆ ਉਸਦੇ ਚੱਲਦੇ ਅੱਜ ਮਠੱਡਾ ਕਲਾਂ ਦੇ ਸਰਪੰਚ ਕ੍ਰਾਂਤੀ ਮੋਹਨ ਵੱਲੋਂ ਰੋਸ ਟਰੈਕਟਰ ਮਾਰ ਪਿਆ ਜਿਹੜਾ ਪਿੰਡਾਂ 'ਚ ਕੱਢਿਆ ਜਾ ਰਿਹਾ ਇਹ ਕਈ ਪਿੰਡਾਂ ਤੋਂ ਹੁੰਦਾ ਹੋਇਆ ਫਲੋਰ ਦੇ ਲਾਡੋਵਾਲ ਟੋਲ ਪਲਾਜ਼ਾ 'ਤੇ ਜਾ ਕੇ ਜਿਹੜਾ ਸਮਾਪਤ ਹੋਵੇਗਾ ਉੱਥੇ ਮੋਦੀ ਸਰਕਾਰ ਦਾ ਜਿਹੜਾ ਮੋਦੀ ਦਾ ਪੁਤਲਾ ਜਿਹੜਾ ਉਹਨੂੰ ਅਗਨ ਭੇਟ ਕੀਤੀ ਜਾਵੇਗੀ ਅੱਗ ਲਾਈ ਜਾਵੇਗੀ ਇਸ ਵੇਲੇ ਤੁਸੀਂ ਦੇਖ ਸਕਦੇ ਹਾਂ ਅਸੀਂ ਖੜ੍ਹੇ ਹਾਂ ਪਿੰਡ ਮਹਿਸਾਪੁਰ ਦੇ ਵਿੱਚ ਮੇਰੇ ਪਿਛਲੇ ਪਾਸੇ ਭਾਰੀ ਗਿਣਤੀ ਦੇ ਵਿੱਚ ਆ ਜਿਹੜਾ ਟਰੈਕਟਰ ਆ ਉਹ ਲੈ ਕੇ ਆ ਜਿਹੜਾ ਪਿੰਡਾਂ ਦੇ ਵਿੱਚ ਘੁੰਮ ਰਹੇ ਆ ਭਾਰੀ ਗਿਣਤੀ ਦੇ ਵਿੱਚ ਆ ਜਿਹੜੇ ਸੈਂਕੜਿਆਂ ਦੀ ਤਦਾਦ ਦੇ ਵਿੱਚ ਆ ਜਿਹੜੇ ਟਰੈਕਟਰ ਆ ਇਹ ਪਿੰਡਾਂ 'ਚੋਂ ਹੁੰਦੇ ਹੋਏ ਫਲੋਰ ਦੇ ਲੋਹੜਵਾਲ ਟੋਲ ਪਲਾਜ਼ਾ ਤੇ ਸਮਾਪਤ ਹੋ ਗਏ ਇਸ ਵੇਲੇ ਸਾਡੇ ਨਾਲ ਮਹਿਸਾਪੁਰ ਦੇ ਸਰਪੰਚ ਸਾਹਿਬ ਮੌਜੂਦ ਹੈ ਇਹਨਾਂ ਨੂੰ ਪੁੱਛਦੇ ਆ ਵੀ ਇਹਨਾਂ ਦੇ ਪਿੰਡ ਦੇ ਵਿੱਚ ਅੱਜ ਜਿਹੜਾ ਰੋਸ ਮਾਰਚ ਨਿਕਲ ਰਿਹਾ ਇਹਨਾਂ ਵੱਲੋਂ ਚਾਹ ਪਕੌੜਿਆਂ ਦਾ ਜਿਹੜਾ ਲੰਗਰ ਲਾਇਆ ਗਿਆ ਸੀਗਾ ਇਹ ਕਿਸ ਤਰੀਕੇ ਨਾਲ ਜਿਹੜਾ ਕਿਸਾਨ ਰੈਲੀ ਨੂੰ ਦੇਖ ਰਹੇ ਆ ਸਤਿ ਸ਼੍ਰੀ ਅਕਾਲ ਸਰਪੰਚ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਜੀ ਤੁਹਾਡਾ ਸਵਾਗਤ ਹੈ ਜੀ ਅਸੀਂ ਸਵਾਗਤ ਕਰਦੇ ਹਾਂ ਟਰੈਕਟਰ ਰੈਲੀ ਵਾਲਿਆਂ ਦਾ ਵੀ ਸਾਰੇ ਇਹਨਾਂ ਨੇ ਮਸੱਡਾ ਕਲਾਂ ਤੋਂ ਚੱਲੇ ਆ ਜੀ ਕ੍ਰਾਂਤੀ ਮੋਹਨ ਦੀ ਲੜਾਈ ਦੇ ਵਿੱਚ ਅਤੇ ਅਸੀਂ ਇਸ ਮੋਦੀ ਦੇ ਜੋ ਕਾਲੇ ਕਾਨੂੰਨ ਹੈ ਮੋਦੀ ਸਰਕਾਰ ਦੇ ਅਸੀਂ ਉਹਨਾਂ ਦਾ ਸਖਤ ਵਿਰੋਧ ਕਰਦੇ ਹਾਂ ਜੀ ਸਖਤ ਨਿੰਦਾ ਕਰਦੇ ਹਾਂ ਸਾਨੂੰ ਨਹੀਂ ਚਾਹੀਦੇ ਜੀ ਅਸੀਂ ਵਾਰ ਵਾਰ ਇਸ ਚੀਜ਼ ਦਾ ਵਿਰੋਧ ਕਰਦੇ ਹਾਂ ਅਸੀਂ ਆਉਣ ਵਾਲੀ ਸੰਗਤ ਲਈ ਚਾਹ ਪਾਣੀ ਦਾ ਵੀ ਪ੍ਰਬੰਧ ਪਿੰਡ ਵੱਲੋਂ ਕੀਤਾ ਅਸੀਂ ਜਥੇਬੰਦੀਆਂ ਦੇ ਵੀ ਮਤਲਬ ਸਾਰਾ ਹਮਾਇਤ ਕਰਦੇ ਹਾਂ ਸਾਰਾ ਉਹਨਾਂ ਦੇ ਨਾਲ ਬਿਲਕੁਲ ਅਸੀਂ ਰਲ ਮਿਲ ਕੇ ਚੱਲਣਾ ਚਾਹੁੰਦੇ ਦਿੱਲੀ ਵੀ ਅਸੀਂ ਸਾਰਿਆਂ ਨੂੰ ਪ੍ਰੇਰਣਾ ਦਿੰਦੇ ਸਾਰਿਆਂ ਨੂੰ ਅਪੀਲ ਵੀ ਕਰਦੇ ਕਿ ਸਾਰੇ ਦਿੱਲੀ ਵੀ ਪਹੁੰਚਣ 26 ਤਰੀਕ ਦੇ ਜੋ ਧਰਨਾ ਟਰੈਕਟਰ ਰੈਲੀ ਜੋ ਵੀ ਮਾਰਚ ਹੈਗਾ ਆ ਤੁਹਾਡੇ ਵੱਲੋਂ ਵੀ ਤੁਹਾਡੇ ਪਿੰਡ 'ਚੋਂ ਵੀ ਜਿਹੜੇ ਆ 26 ਤਰੀਕ ਨੂੰ ਟਰੈਕਟਰ ਆ ਜਿਹੜੇ ਸਰਪੰਚ ਸਾਹਿਬ ਦਿੱਲੀ ਵੱਲ ਰਵਾਨਾ ਹੋਣ ਬਿਲਕੁਲ ਜੀ ਤਿਆਰੀ ਕਰ ਰਹੇ ਹਾਂ ਅਸੀਂ ਸਾਰੀ ਇੱਥੇ 26 ਨੂੰ ਪਹੁੰਚਣ ਦੀ ਬਿਲਕੁਲ ਤਿਆਰੀ ਕਰ ਰਹੇ ਹਾਂ ਜੀ ਅਤੇ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਨੌਜਵਾਨਾਂ ਨੂੰ ਅਸੀਂ ਕਹਿੰਦੇ ਜੀ ਵੱਧ ਤੋਂ ਵੱਧ ਸਾਥ ਦੇਣ ਸਾਡਾ ਅਸੀਂ ਬਿਲਕੁਲ ਜੋ ਕਿਨਾਇਆ ਕਾਲੇ ਜੋ ਕਾਨੂੰਨ ਹੈ ਇਹਨਾਂ ਨੂੰ ਰੱਦ ਕਰਵਾ ਸਕੀਏ ਅਤੇ ਸਾਡਾ ਸਾਰਾ ਮਤਲਬ ਭਲਾ ਹੋ ਸਕੇ ਸਾਰਿਆਂ ਦਾ ਕਿਸਾਨਾਂ ਦਾ ਵੀ ਅਤੇ ਆਮ ਮਜ਼ਦੂਰ ਦਾ ਵੀ ਸਾਰਿਆਂ ਦਾ ਜੀ